अमृतसर देहाती पुलिस के अधीन आउंदे थाना चबाल की 15 साल लड़की परमजीत कौर नूं उन्हां दे ही गवांढ विच रहण वाले ट्रक ड्राइवर साजन सिंह वल्लों वरगला के मुंबई ले जाण दा मामला सामने आया है। लड़की के माता पिता बलविंदर कौर अते सतनाम सिंह ने दस्सिया कि बीते 25 दिनों तो पुलिस उन्हां दी लड़की का कोई सुराग नहीं लगा पा रही। उधरों लड़की का मुंबई कोल्हापुर तो फोन आ रहा है, उसनों कुछ होर लड़कियों नाल बंदी बना के ड्राइवर वल्लों धमकाया जा रहा है। उन्होंने पुलिस प्रशासन को अपील की है कि उन्होंने लड़की नूं जल्द तो जल्द दोषियों के कब्जे चो छुड़वा के वापस ले आंदा जावे। ये भाजी हाडी तरीक नूं अज 25 दिन हो गए 28 मई दी खड़ी है। की नाम जी? करमजीत कौर। ठीक। ते सानूं लभ नहीं रही, जदों आउणे आला टाला कर देंदे, असीं SHO दे ड्यूटी ते पेश हो गए, ते सानूं कोई हाडी सुनाई नहीं होण दई। गाड़ियों सानूं धमकियां देंदे, जे असीं पुछदे कि मुंडे दा तुहानूं फोन आउंदा वा, सानूं दस दो, सानूं कुछ नहीं चाहिदा, हाडी कुड़ी वापस चाहीदी। ਸਾਡੀ ਕੁੜੀ ਬੱਜਾ ਰਹੇ ਤੇ ਸਾਨੂੰ 50 ਮਿੰਟ ਦੀ ਰਸੌਲੀ ਵੀ ਆ, ਸਾਨੂੰ ਇਹੋ ਡਰ ਲੱਗਦਾ ਸਾਡੀ ਕੁੜੀ ਦਾ ਖਤਰਾ ਵਾ, ਸਾਨੂੰ ਕੁੜੀ ਵਾਪਸ ਚਾਹੀਦੀ ਹੈ। 14 ਸਾਲਾਂ ਦੀ ਬਸ ਸਾਨੂੰ ਕਹਿੰਦੇ ਪਰਚਾ ਹੋ ਗਿਆ ਮੁੰਡੇ ਤੇ, ਪਰਚਾ ਹੋ ਗਿਆ ਇੱਦਾਂ ਕਹਿ ਦਿੰਦੇ ਆ, ਅਸੀਂ ਹੋਰ ਕੀ ਕਰ ਸਕਦੇ, ਪਰਚਾ ਹੋ ਗਿਆ ਤੇ ਉਹ ਵਾਪਸ ਨਹੀਂ ਆਈ ਕੁੜੀ ਸਾਡੀ। ਇੰਨੇ ਦਿਨ ਹੋ ਗਏ ਸਾਡੀ ਕੁੜੀ ਬਹੁਤ ਜ਼ਿਆਦਾ ਰੋਣ ਦਈ ਆ ਕਿ ਮੈਨੂੰ ਵਾਪਸ ਲੈ ਕੇ ਜਾਓ, ਮੈਨੂੰ ਪਤਾ ਨਹੀਂ ਕਿੱਥੇ ਇਹਨਾਂ ਤਾੜਿਆ ਵਾ, ਮੈਂ ਭੁੱਖੀ ਰਹਿੰਦੀ ਹਾਂ ਅਤੇ ਆਈ ਰਹਿੰਦੀ ਹਾਂ, ਮੈਨੂੰ ਕੋਈ ਪਤਾ ਨਹੀਂ ਲੱਗਦਾ, ਅਸੀਂ 4 ਜਾਣੀਆਂ ਜਿੱਥੇ ਸਾਨੂੰ ਕਮਰੇ 'ਚ ਬੰਦ ਕੀਤਾ। ਕੀ ਨਾਮ ਕੀ ਗਾ ਮੁੰਡੇ ਦਾ? ਸਾਜਨ ਸਿੰਘ, ਪੱਧਰੀ ਕਲਾਂ ਦੇ ਰਹਿਣ ਵਾਲਾ ਸਾਡਾ ਗਵਾਂਢੀ ਬਿਲਕੁਲ। ਉਹਨਾਂ ਦਾ ਡੈਡੀ ਨੂੰ ਲਿਆਂਦਾ ਸੀ 3 ਕੁ ਦਿਨ, ਉਹਨੂੰ ਵੀ ਛੱਡ ਦਿੱਤਾ ਇਹਨਾਂ। ਸਾਡੀ ਇਹੋ ਮੰਗ ਹੈ ਕਿ ਸਾਡੀ ਕੁੜੀ ਸਾਨੂੰ ਵਾਪਸ ਚਾਹੀਦੀ ਆ। ਗੱਲ ਹੋਈ ਜੀ, ਆਪਾਂ ਮਤਲਬ ਵੀ ਥੋੜ੍ਹੇ ਦਿਨ ਪਹਿਲਾਂ ਆਪਣੇ ਘਰ ਦੇ ਵਿੱਚ ਮੇਰੀ ਸਾਲੀ ਲੱਗਦੀ ਆ ਜਿਹੜੀ ਮਿਸ ਹੋ ਗਈ ਆ, ਅਤੇ ਆਪਾਂ ਜਦੋਂ ਕਾਰਵਾਈ ਕੀਤੀ ਪੁੱਛਿਆ ਵਾ, ਅਤੇ ਸਾਜਨ ਸਿੰਘ ਆ ਜਿਹੜਾ ਮਤਲਬ ਲੜਕੀ ਨੂੰ ਭਜਾ ਕੇ ਲੈ ਗਿਆ ਵਾ, ਕਿੱਡੇ ਭਜਾ ਕੇ ਲੈ ਗਿਆ, ਅਤੇ ਆਪਾਂ ਆ ਕੇ ਰਿਪੋਰਟ ਲਿਖਾਈ ਆ ਥਾਣੇ ਦੇ ਵਿੱਚ। ਥਾਣੇ ਰਿਪੋਰਟ ਲਿਖਾਉਣ ਤੋਂ ਬਾਅਦ ਆਪਾਂ ਗੱਲ ਵੀ ਕੀਤੀ ਆ ਵੀ ਆਹ ਗੱਲਬਾਤ, ਥਾਣੇ ਵਾਲਿਆਂ ਨੇ ਬੰਦੀ ਕਰਵਾਈ ਕੋਈ ਨਹੀਂ ਸੀ। ਸਾਜਨ ਸਿੰਘ ਦਾ ਨਾਂ ਜੀ, ਅਤੇ ਉਹ ਮਤਲਬ ਬੰਬਈ ਦੇ ਵਿੱਚ ਰਹਿ ਰਿਹਾ ਕੋਲਹਾਪੁਰ ਦੇ ਵਿੱਚ, ਅਤੇ ਆਪਾਂ ਨੂੰ ਮਤਲਬ ਤਕਰੀਬਨ ਜਾਣਕਾਰੀ ਵੀ ਹੈਗੀ ਆ ਵੀ ਇੱਥੇ ਤੱਕ ਇੱਥੇ ਰਹਿ ਰਿਹਾ ਵਾ ਗਾੜੀ, ਹੁਣ ਜਿੱਦਾਂ ਪੁਲਿਸ ਕਰੂਗੀ ਆਪਾਂ ਪੁਲਿਸ ਦੇ ਨਾਲ ਆਂਗੇ, ਜਿਵੇਂ ਉਹ ਕਰਦੇ ਆ ਫਿਰ ਅਸੀਂ ਤਾਂ ਕੁਝ ਕਰ ਨਹੀਂ ਸਕਦੇ। ਅਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਵੀ ਜਿੱਦਾਂ ਹੋ ਸਕੇ ਸਾਡੀ ਕੁੜੀ ਸਾਡੇ ਘਰ ਪਹੁੰਚਾਈ ਜਾਵੇ, ਪੁਲਿਸ ਪ੍ਰਸ਼ਾਸਨ ਨੂੰ ਇਹੀ ਹੱਥ ਬੰਨ ਕੇ ਬੇਨਤੀ ਕਰਦੇ। ਉਸ ਤੋਂ ਬਾਅਦ ਇੱਕ ਦਫ਼ਾ ਗੱਲ ਹੋਈ ਹੈ ਜੀ, ਕੁੜੀ ਬਹੁਤ ਜ਼ਿਆਦਾ ਰੋ ਰਹੀ ਸੀ, ਪਰੇਸ਼ਾਨ ਸੀ, ਕਹਿ ਰਹੀ ਮੈਂ ਮਤਲਬ ਕਮਰੇ 'ਚ ਬੰਦ ਕੀਤੀ ਹੋਈ ਹਾਂ, ਮੇਰੇ ਨਾਲ 2 ਕੁੜੀਆਂ 3 ਕੁੜੀਆਂ ਹੋਰ ਆ, ਅਸੀਂ 4 ਜਣੀਆਂ ਵਾ, ਸਾਨੂੰ ਬਹੁਤ ਜ਼ਿਆਦਾ ਮਤਲਬ ਵੀ ਕਸ਼ਟ ਦੇ ਬੈਠੇ ਹਾਂ, ਸਾਨੂੰ ਬਹੁਤ ਜ਼ਿਆਦਾ ਟੋਰਚਰ ਕੀਤਾ ਜਾ ਰਿਹਾ ਵਾ, ਅਤੇ ਸਾਨੂੰ ਮਤਲਬ ਮੰਮੀ ਜੀ ਆ ਕੇ ਲੈ ਜਾਓ, ਸਾਨੂੰ ਬਹੁਤ ਬੁਰਾ ਹਾਲ ਹੈ। ਅਤੇ ਕੋਈ ਅਸੀਂ ਇਹੀ ਅਪੀਲ ਕਰਦੇ ਹਾਂ ਵੀ ਉਹ ਜਿਹੜਾ ਬੰਦਾ ਧਮਕਿਆ ਦਿੰਦਾ ਉਹ ਬੰਦੇ ਨੂੰ ਗ੍ਰਿਫਤਾਰ ਕੀਤਾ ਜਾਵੇ, ਅਤੇ ਸਾਡੀ ਕੁੜੀ ਸਾਡੇ ਕੋਲ ਸੇਫਲੀ ਸਾਡੇ ਕੋਲ ਹਾਜ਼ਰ ਕੀਤੀ ਜਾਵੇ, ਸਾਡੇ ਘਰ ਪਹੁੰਚਾਈ। ਉੱਧਰ ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਜਸਵੰਤ ਸਿੰਘ ਦਾ ਕਹਿਣਾ ਹੈ ਕਿ ਅਸੀਂ ਮੁਕੱਦਮਾ ਦਰਜ ਕਰ ਲਿਆ ਹੈ, ਦੋਸ਼ੀ ਟਰੱਕ ਡਰਾਈਵਰ ਸਾਜਨ ਸਿੰਘ ਨੂੰ ਫੜਨ ਲਈ ਪੁਲਿਸ ਉੱਚ ਅਧਿਕਾਰੀਆਂ ਤੋਂ ਆਗਿਆ ਲੈ ਕੇ ਪੁਲਿਸ ਟੀਮ ਜਲਦ ਮੁੰਬਈ ਭੇਜੀ ਜਾਵੇਗੀ। ਬਲਜਿੰਦਰ ਕੌਰ ਪਤੀ ਸਤਨਾਮ ਸਿੰਘ ਨੇ ਜਿਹੜਾ 8-6-21 ਮੁਕੱਦਮਾ ਦਰਜ ਕਰਾਇਆ, ਉਹਦੀ ਜਿਹੜੀ ਲੜਕੀ ਹੈ ਕਰਮਜੀਤ ਕੌਰ, ਉਮਰ 15 ਸਾਲ, ਉਹ 25-5-21 ਨੂੰ ਜਿਹੜੇ ਸੁਬਹਾ 5 ਵਜੇ ਵੇਖਿਆ ਵੀ ਉਹ ਬੈੱਡ 'ਤੇ ਹਾਜ਼ਰ ਨਹੀਂ ਸੀਗੀ, ਅਤੇ ਉਹ ਉਸਦਾ ਠੰਡ ਉਹਦੀ ਪੜਤਾਲ ਕਰ ਫਿਰੇ, ਬਾਅਦ ਵਿੱਚ ਉਹਨੂੰ ਪਤਾ ਲੱਗਿਆ ਕਿ ਲੜਕੀ ਨੂੰ ਸਾਜਨ ਪੁੱਤਰ ਛਪਾਲ ਸਿੰਘ ਉਹਨੂੰ ਪਿੰਡ ਦਾ ਮੁੰਡਾ ਹੈ, ਉਹਨੂੰ ਲੈ ਕੇ ਫਰਾਰ ਹੋ ਗਿਆ। ਇਸ ਜਿਹੜਾ ਮੁਕੱਦਮਾ ਅੰਡਰ ਸੈਕਸ਼ਨ 363(a) IP ਜਿਹੜਾ ਦਰਜ ਰਜਿਸਟਰ ਕੀਤਾ ਗਿਆ, ਜਿਸ ਦੀ ਤਫਤੀਸ਼ ਹੈ ਇਹ ਅਸੀਂ ਸਰਬਜੀਤ ਸਿੰਘ ਕਰ ਰਹੇ ਹਾਂ, ਅਤੇ ਦੋਸ਼ੀ ਦੀ ਤਲਾਸ਼ ਵੀ ਕਾਫੀ ਗੇੜ ਕੀਤੇ ਜਾ ਰਹੇ ਆ। ਹੁਣ ਪ੍ਰੋਸੀਜਰ ਸੂਤਰਾਂ ਤੋਂ ਪਤਾ ਲੱਗਿਆ ਕਿ ਜਿਹੜਾ ਦੋਸ਼ੀ ਸਾਜਨ ਆ ਬੰਬੇ ਵਿੱਚ ਟਰੱਕ ਡਰਾਈਵਰੀ ਕਰਦਾ ਸੀ, ਵੀ ਉੱਥੇ ਹੋ ਸਕਦਾ, ਅਤੇ ਅਸੀਂ ਜਿਹੜੀ ਆਪਣੀ ਟੀਮ ਬੰਬੇ ਭੇਜਣ ਲਈ ਸੀਨੀਅਰ ਅਫਸਰਾਂ ਪਾਸੋਂ ਮਨਜ਼ੂਰੀ ਹਾਸਲ ਕਰ ਰਹੇ ਹਾਂ। ਅੰਮ੍ਰਿਤਸਰ ਤੋਂ ਮੋਹਿਤ ਦੀ ਰਿਪੋਰਟ, ਦਾ ਸਮਰ ਨਿਊਜ਼। ਵਧੇਰੀ ਜਾਣਕਾਰੀ ਲਈ ਲਾਈਕ ਕਰੋ ਸਾਡੇ ਫੇਸਬੁੱਕ ਪੇਜ ਨੂੰ, ਤੇ ਸਬਸਕ੍ਰਾਈਬ ਕਰੋ YouTube ਚੈਨਲ ਨੂੰ, ਤੇ Instagram ਨੂੰ ਫੋਲੋ ਕਰਨਾ ਨਾ ਭੁੱਲਿਓ।